ਵਿਸ਼ਵ ਵਾਤਾਵਰਣ ਦਿਵਸ ਦੇ ਸੰਬੰਧ ਵਿੱਚ ਗੈਰ ਸਰਕਾਰੀ ਸੰਸਥਾ ਹਰਿਆਵਲ ਪੰਜਾਬ ਵੱਲੋਂ ਇੱਕ ਪੇੜ ਦੇਸ਼ ਕੇ ਨਾਮ ਪ੍ਰੋਗਰਾਮ ਦਾ ਆਯੋਜਨ ਜਲੰਧਰ ਛੌਨੀ ਵਿੱਚ ਕੀਤਾ ਗਿਆ। ਇਸ ਦੌਰਾਨ ਸੰਸਥਾ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਜਲੰਧਰ ਛੌਨੀ ਦੇ ਕੰਪੋਸਟ ਮੈਦਾਨ ਵਿੱਚ 1000 ਤੋਂ ਵੱਧ ਗੁਣਕਾਰੀ ਬੂਟੇ ਲਗਾਏ ਗਏ। ਪਰਿਆਵਰਣ ਬਚਾਓ ਮੁਹਿੰਮ ਨਾਲ ਜੁੜੀਆਂ 100 ਤੋਂ ਵੱਧ ਸ਼ਖਸੀਅਤਾਂ ਨੇ ਇੱਕ ਪੇੜ ਦੇਸ਼ ਕੇ ਨਾਮ ਤਹਿਤ ਬੂਟਾ ਲਗਾਇਆ। ਹਰਿਆਵਲ ਪੰਜਾਬ ਦੇ ਪੁਨੀਤ ਖੰਨਾ ਨੇ ਦੱਸਿਆ ਕਿ ਇਹ ਮੈਦਾਨ ਕਚਰੇ ਦਾ ਇੱਕ ਪਹਾੜ ਹੁੰਦਾ ਸੀ ਜਿਸ ਨੂੰ ਅੱਜ ਇੱਕ ਹਰਿਆਵਲ ਬਗੀਚੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਲੋਕਾਂ ਨੂੰ ਰਲ ਮਿਲ ਕੇ ਘਟੂ ਘਟ ਇੱਕ ਬੂਟਾ ਲਗਾ ਕੇ ਉਸ ਨੂੰ ਪਾਲਣ, ਬਚਾਉਣ ਅਤੇ ਕਚਰੇ ਦੇ ਸਹੀ ਪ੍ਰਬੰਧਨ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਕੈਂਟ ਬੋਰਡ ਵੱਲੋਂ ਸੀਈਓ ਰਾਮ ਸਰੂਪ ਹਰਿਤਵਾਲ ਅਤੇ ਡੀਈਓ ਤਨੂ ਜੈਨ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।